ਅਕਾਲੀ ਦਲ ਬਾਦਲ 2017 ਤੋਂ ਲੈ ਕੇ ਹੁਣ ਤੱਕ ਲਗਾਤਾਰ ਸਿਆਸੀ ਤੌਰ 'ਤੇ ਨਿਗਾਰ ਵੱਲ ਜਾ ਰਿਹਾ ਹੈ। 2017 ਦੇ ਵਿੱਚ ਅਕਾਲੀ ਦਲ ਸੱਤਾ 'ਚੋਂ ਬਾਹਰ ਹੋਇਆ ਸੀਗਾ ਅਤੇ ਉਸ ਤੋਂ ਬਾਅਦ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਉਸ ਦੇ ਵਿੱਚ ਸਿਰਫ 3 ਵਿਧਾਇਕ ਹੀ ਅਕਾਲੀ ਦਲ ਨੂੰ ਮਿਲੇ ਸੀ। ਉਸ ਤੋਂ ਬਾਅਦ ਜ਼ਿਮਨੀ ਚੋਣ ਸੰਗਰੂਰ ਦੀ ਹੋਈ ਲੋਕ ਸਭਾ ਦੀ, ਜਿਸ ਦੇ ਵਿੱਚ ਅਕਾਲੀ ਦਲ ਬਿਲਕੁਲ ਹੇਠਾਂ ਹੀ ਚਲਾ ਗਿਆ, ਉਸ ਦਾ ਉਮੀਦਵਾਰ 5ਵੇਂ ਸਥਾਨ 'ਤੇ ਰਹਿ ਗਿਆ। ਹੁਣ ਜਦੋਂ 2024 ਦੀਆਂ ਲੋਕ ਸਭਾ ਚੋਣਾਂ ਹੋ ਰਹੀਆਂ ਸੀ ਤਾਂ ਅਜਿਹਾ ਲੱਗਦਾ ਸੀ ਕਿ ਅਕਾਲੀ ਦਲ ਵਧੀਆ ਕਾਰਗੁਜ਼ਾਰੀ ਦਿਖਾਊਗਾ। ਉਸ ਦੇ ਲੀਡਰ ਇਹ ਦਾਅਵਾ ਵੀ ਕਰ ਰਹੇ ਸੀਗੇ ਕਿ ਹੁਣ ਸਾਨੂੰ ਭਾਰਤੀ ਜਨਤਾ ਪਾਰਟੀ ਦੇ ਨਾਲ ਰਲ ਕੇ ਚੋਣ ਲੜਨ ਦੀ ਕੋਈ ਲੋੜ ਨਹੀਂ ਹੈ। ਅਤੇ ਇਸ ਵਾਰ ਉਸ ਵੱਲੋਂ ਸਿਰਫ ਬਠਿੰਡਾ ਸੀਟ ਹੀ ਜਿੱਤੀ ਗਈ, ਬਾਕੀ ਸੀਟਾਂ ਦੇ ਉੱਤੇ ਉਸ ਦੇ ਉਮੀਦਵਾਰ ਕੋਈ ਤੀਜੇ ਸਥਾਨ 'ਤੇ ਕੋਈ ਚੌਥੇ ਸਥਾਨ 'ਤੇ ਚਲਾ ਗਿਆ। ਹੁਣ ਜਦੋਂ ਅੰਕੜੇ ਸਾਹਮਣੇ ਆ ਰਹੇ ਨੇ ਉੱਥੋਂ ਇਹ ਲੱਗਦਾ ਹੈ ਕਿ ਜੇਕਰ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਰਲ ਕੇ ਚੋਣ ਲੜਦੇ ਤਾਂ ਘੱਟੋ ਘੱਟ 5 ਸੀਟਾਂ ਹੋਰ ਆ ਜਾਂਦੀਆਂ, ਤਾਂ ਇਸ ਤਰੀਕੇ ਦੇ ਨਾਲ ਇਸ ਗੱਠਜੋੜ ਕੋਲ 6 ਸੀਟਾਂ ਹੋ ਸਕਦੀਆਂ ਸੀਗੀਆਂ। ਹੁਣ ਇਹ ਦੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੋਵੇਂ ਪਾਰਟੀਆਂ ਮੌਜੂਦਾ ਅੰਕੜਿਆਂ ਨੂੰ ਦੇਖ ਕੇ ਗੱਠਜੋੜ ਕਰਦੀਆਂ ਕਿ ਨਹੀਂ ਕਰਦੀਆਂ ਹੈਗੀਆਂ। ਪਰ ਅਕਾਲੀ ਦਲ ਨੇ ਹੁਣ ਇੱਕ ਜਿਹੜਾ ਨਵਾਂ ਸਟੈਂਡ ਲਿਆ ਉਹ ਪੰਥਕ ਹੈ। ਉਸ ਦੇ ਵਿੱਚ ਉਸ ਨੇ ਭਾਰਤੀ ਜਨਤਾ ਪਾਰਟੀ ਨੂੰ ਕਿਹਾ ਕਿ ਜੇਕਰ ਉਸ ਨੇ ਸਮਝੌਤਾ ਕਰਨਾ ਤਾਂ ਇਹਨਾਂ ਪੰਥਕ ਸਿਧਾਂਤਾਂ ਦੇ ਉੱਤੇ ਉਸ ਨੂੰ ਗੱਲਬਾਤ ਕਰਨੀ ਪਊਗੀ, ਸਿੱਖਾਂ ਦੇ ਜੋ ਮਸਲੇ ਆ ਉਹ ਹੱਲ ਕਰਨੇ ਪੈਣਗੇ। ਹੁਣ ਦੇਖਣਾ ਇਹ ਹੈ ਕਿ 2027 ਦੀ ਚੋਣਾਂ ਤੱਕ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਹੁੰਦਾ ਕਿ ਨਹੀਂ ਹੁੰਦਾ, ਪਰ ਹਾਲੇ ਟਾਈਮ ਬਹੁਤ ਜ਼ਿਆਦਾ ਹੈ। ਇਸ ਦੌਰਾਨ ਅਕਾਲੀ ਦਲ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਊਗੀ। ਪਰ ਮੌਜੂਦਾ ਹਾਲਾਤ ਦੇ ਵਿੱਚ ਅਸੀਂ ਇੱਕ ਰਿਪੋਰਟ ਤਿਆਰ ਕੀਤੀ ਹੈ ਜਿਸ ਦੇ ਵਿੱਚ ਇਹ ਪਤਾ ਲੱਗਦਾ ਹੈ ਕਿ ਜੇਕਰ ਇਹ ਗੱਠਜੋੜ ਹੋਇਆ ਹੁੰਦਾ ਤਾਂ 5 ਸੀਟਾਂ ਅਕਾਲੀ ਭਾਜਪਾ ਗੱਠਜੋੜ ਨੂੰ ਹੋਰ ਆ ਜਾਣੀਆਂ ਸੀਗੀਆਂ ਅਤੇ ਬਠਿੰਡਾ ਸਣੇ ਇਹ 6 ਸੀਟਾਂ ਹੋ ਜਾਣੀਆਂ ਸੀਗੀਆਂ। ਦੇਖੋ ਇਹ ਰਿਪੋਰਟ। ਚੋਣ ਨਤੀਜਿਆਂ ਤੋਂ ਬਾਅਦ ਅਕਾਲੀ ਦਲ ਦੀ ਸਥਿਤੀ ਕੁਛ ਇਸ ਤਰ੍ਹਾਂ ਬਣ ਗਈ ਹੈ ਕਿ ਨਾ ਖੁਦਾ ਹੀ ਮਿਲਾ, ਨਾ ਵਿਸਾਲੇ ਸਨਮ, ਨਾ ਇੱਧਰ ਕੇ ਰਹੇ, ਨਾ ਉੱਧਰ ਕੇ ਰਹੇ। ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੇ ਵੱਡੇ ਦਾਅਵੇ ਕੀਤੇ ਸੀ ਕਿ ਉਹ ਇਸ ਵਾਰ ਵਧੀਆ ਪਰਫੋਰਮੈਂਸ ਦਿਖਾਊਗੀ, ਵਧੀਆ ਕਾਰਗੁਜ਼ਾਰੀ ਦਿਖਾਊਗੀ ਅਤੇ ਉਸਨੂੰ 3 ਤੋਂ 4 ਸੀਟਾਂ ਮਿਲਣਗੀਆਂ। ਅਤੇ ਇਸ ਗੱਲ ਕਰਕੇ ਉਸਨੇ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਵੀ ਨਹੀਂ ਕੀਤਾ। ਭਾਰਤੀ ਜਨਤਾ ਪਾਰਟੀ ਵੀ ਇਹੀ ਕਹਿ ਰਹੀ ਸੀ ਕਿ ਉਹ ਇਕੱਲਿਆਂ ਚੋਣ ਲੜ ਕੇ ਵੱਡੀਆਂ ਪ੍ਰਾਪਤੀਆਂ ਹਾਸਲ ਕਰ ਸਕਦੀ ਹੈ, ਪਰ ਹੁਣ ਜਦੋਂ ਨਤੀਜੇ ਸਾਹਮਣੇ ਆਏ ਨੇ, ਅਕਾਲੀ ਦਲ ਨੇ ਤਾਂ ਇੱਕ ਸੀਟ ਜਿੱਤੀ ਲਈ ਹੈ, ਭਾਰਤੀ ਜਨਤਾ ਪਾਰਟੀ ਕੋਲ ਕੋਈ ਵੀ ਸੀਟ ਨਹੀਂ ਹੈ। ਭਾਰਤੀ ਜਨਤਾ ਪਾਰਟੀ ਸਿਰਫ ਇਸ ਗੱਲ 'ਤੇ ਸੰਤੁਸ਼ਟ ਹੋ ਸਕਦੀ ਹੈ ਕਿ ਉਸ ਨੇ ਆਪਣਾ ਵੋਟ ਸ਼ੇਅਰ ਜ਼ਰੂਰ ਵਧਾ ਦਿੱਤਾ ਹੈ, ਤਕਰੀਬਨ 19% ਦੇ ਕਰੀਬ ਚਲਾ ਗਿਆ। ਅਤੇ ਦੂਜੇ ਪਾਸੇ ਅਕਾਲੀ ਦਲ ਲਈ ਨਮੋਸ਼ੀ ਦਾ ਕਾਰਨ ਇਹ ਹੈ ਕਿ 2022 ਦੀਆਂ ਚੋਣਾਂ ਦੇ ਵਿੱਚ ਜਿਹੜਾ
ਵੋਟ ਸ਼ੇਅਰਿੰਗ ਅਕਾਲੀ ਦਲ ਸੀਗੀ, ਅਕਾਲੀ ਦਲ ਦੀ ਸੀ, ਉਹ ਲਗਭਗ 18% ਸੀਗੀ, ਉਹ ਘੱਟ ਕੇ 12% ਦੇ ਏਡ ਗੇਟ ਦੇ ਵਿੱਚ ਚਲੀ ਗਈ ਹੈ ਅਤੇ 6% ਵੋਟ ਹੁਣ ਫੇਰ ਘੱਟ ਗਈ ਹੈ। ਹੁਣ ਜਦੋਂ ਨਤੀਜੇ ਸਾਹਮਣੇ ਆਏ ਨੇ ਤਾਂ ਬੇਸ਼ੱਕ ਅਕਾਲੀ ਦਲ ਨੇ ਇੱਕ ਸੀਟ ਜਿੱਤੀ ਹੈ, ਜੇਕਰ ਇਹਨਾਂ ਪਾਰਟੀਆਂ ਦਾ ਗੱਠਜੋੜ ਹੋ ਜਾਂਦਾ ਤਾਂ 5 ਸੀਟਾਂ ਹੋਰ ਜਿੱਤੀਆਂ ਜਾ ਸਕਦੀਆਂ ਸੀਗੀਆਂ। ਉਹਨਾਂ ਵਿੱਚੋਂ ਆਪਾਂ ਗੱਲ ਕਰਦੇ ਹਾਂ ਗੁਰਦਾਸਪੁਰ ਦੀ। ਗੁਰਦਾਸਪੁਰ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਦੇ ਵੱਡੇ ਆਗੂ ਨੇ, ਦਿੱਗਜ ਆਗੂ ਨੇ, ਉਹ ਚੋਣ ਲੜ ਰਹੇ ਸੀਗੇ। ਉਹਨਾਂ ਨੂੰ 3,64,043 ਵੋਟਾਂ ਮਿਲੀਆਂ। ਉਹਨਾਂ ਦੇ ਮੁਕਾਬਲੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਦਿਨੇਸ਼ ਬੱਬੂ ਨੂੰ 2,81,182 ਵੋਟਾਂ ਮਿਲੀਆਂ ਅਤੇ ਦਲਜੀਤ ਸਿੰਘ ਚੀਮਾ ਅਕਾਲੀ ਦਲ ਵੱਲੋਂ ਚੋਣ ਲੜ ਰਹੇ ਸੀਗੇ, ਉਹਨਾਂ ਨੂੰ 85,500 ਵੋਟਾਂ ਮਿਲੀਆਂ। ਜੇਕਰ ਦੋਹਾਂ ਪਾਰਟੀਆਂ ਅਕਾਲੀ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀਆਂ ਵੋਟਾਂ ਇਕੱਠੀਆਂ ਕੀਤੀਆਂ ਜਾਣ ਤਾਂ ਪਤਾ ਲੱਗਦਾ ਹੈ ਤਾਂ ਇਹ 3,66,682 ਵੋਟਾਂ ਮਿਲਦੀਆਂ ਨੇ। ਇਹਦਾ ਮਤਲਬ ਇਹ ਹੈ ਕਿ ਜੇ ਇਹ ਉਮੀਦਵਾਰ ਮਤਲਬ ਦੋਨਾਂ ਦੇ ਉਮੀਦਵਾਰ ਨਾ ਖੜ੍ਹੇ ਕੀਤੇ ਹੁੰਦੇ, ਇੱਕ ਉਮੀਦਵਾਰ ਨੂੰ ਖੜ੍ਹਾ ਕੀਤਾ ਹੁੰਦਾ ਤਾਂ ਤਕਰੀਬਨ 2,639 ਵੋਟਾਂ ਜ਼ਿਆਦਾ ਮਿਲਦੀਆਂ। ਅਤੇ ਉਸ ਤੋਂ ਬਾਅਦ ਆਪਾਂ ਅੰਮ੍ਰਿਤਸਰ ਦੀ ਗੱਲ ਕਰਦੇ ਹਾਂ। ਅੰਮ੍ਰਿਤਸਰ ਦੇ ਵਿੱਚ ਕਾਂਗਰਸ ਦੇ ਗੁਰਜੀਤ ਔਜਲਾ ਜਿੱਤੇ ਨੇ। ਗੁਰਜੀਤ ਔਜਲਾ ਨੂੰ 2,55,181 ਵੋਟਾਂ ਮਿਲੀਆਂ ਨੇ। ਉਹਨਾਂ ਦੇ ਮੁਕਾਬਲੇ ਭਾਰਤੀ ਜਨਤਾ ਪਾਰਟੀ ਦੇ ਤਰਨਜੀਤ ਸਿੰਘ ਸੰਧੂ ਨੂੰ 2,07,205 ਵੋਟਾਂ ਮਿਲੀਆਂ ਨੇ ਅਤੇ ਅਕਾਲੀ ਦਲ ਵੱਲੋਂ ਅਨਿਲ ਜੋਸ਼ੀ ਉਹਨਾਂ ਨੂੰ 1,62,896 ਵੋਟਾਂ ਮਿਲੀਆਂ ਨੇ। ਅਕਾਲੀ ਭਾਜਪਾ ਦੀ ਜੇਕਰ ਆਪਾਂ ਵੋਟਾਂ ਨੂੰ ਇਕੱਠਿਆਂ ਕਰ ਲਈਏ ਉਹ 3,70,101 ਵੋਟ ਬਣਦੀ ਹੈ, ਜਿਹੜੀ ਕਿ ਕਾਂਗਰਸ ਦੇ ਉਮੀਦਵਾਰ ਨਾਲੋਂ 1,14,920 ਵੋਟਾਂ ਬਣਦੀਆਂ ਨੇ। ਉਸ ਤੋਂ ਬਾਅਦ ਇੱਕ ਹੋਰ ਚਰਚਿਤ ਹਲਕਾ ਰਿਹਾ ਲੁਧਿਆਣਾ। ਲੁਧਿਆਣੇ ਦੇ ਵਿੱਚ ਰਵਨੀਤ ਸਿੰਘ ਬਿੱਟੂ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਖੜ੍ਹੇ ਅਤੇ ਉਹਨਾਂ ਨੂੰ ਆਸ ਸੀਗੀ ਕਿ ਉਹ ਇੱਥੋਂ ਚੋਣ ਜਿੱਤ ਜਾਣਗੇ, ਪਰ ਅਜਿਹਾ ਹੋਇਆ ਨਹੀਂ। ਲੁਧਿਆਣਾ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਚੋਣ ਲੜ ਰਹੇ ਸੀਗੇ, ਉਹਨਾਂ ਨੂੰ 3,22,224 ਵੋਟਾਂ ਮਿਲੀਆਂ ਅਤੇ ਉਹਨਾਂ ਦੇ ਮੁਕਾਬਲੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਰਵਨੀਤ ਸਿੰਘ ਬਿੱਟੂ ਨੂੰ 3,01,082 ਵੋਟਾਂ ਮਿਲੀਆਂ ਅਤੇ ਅਕਾਲੀ ਦਲ ਦਾ ਜੋ ਉਮੀਦਵਾਰ ਸੀ ਰਣਜੀਤ ਸਿੰਘ ਢਿੱਲੋਂ ਉਹਨੂੰ 90,220 ਵੋਟਾਂ ਮਿਲੀਆਂ। ਇਸ ਤਰ੍ਹਾਂ ਅਕਾਲੀ ਅਤੇ ਭਾਜਪਾ ਉਮੀਦਵਾਰਾਂ ਦੀ ਜੇਕਰ ਆਪਾਂ ਵੋਟਾਂ ਨੂੰ ਇਕੱਠੀਆਂ ਕਰ ਲਈਏ ਤਾਂ ਇਹ 3,91,502 ਵੋਟਾਂ ਬਣਦੀਆਂ ਨੇ, ਜਿਹੜੀਆਂ ਕਿ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਨਾਲੋਂ 69,278 ਵੱਧ ਬਣਦੀਆਂ ਨੇ। ਉਸ ਤੋਂ ਬਾਅਦ ਫਿਰੋਜ਼ਪੁਰ ਲੋਕ ਸਭਾ ਹਲਕੇ ਦੀ ਗੱਲ ਕਰਦੇ ਹਾਂ। ਫਿਰੋਜ਼ਪੁਰ ਲੋਕ ਸਭਾ ਹਲਕਾ ਇੱਕ ਅਜਿਹਾ ਹਲਕਾ ਹੈ ਜਿੱਥੇ ਅਕਾਲੀਆਂ ਦਾ ਬੋਲਬਾਲਾ ਰਿਹਾ ਅਤੇ ਪਿਛਲੀ ਵਾਰ ਸੁਖਬੀਰ ਸਿੰਘ ਬਾਦਲ ਨੇ ਇਹ ਇੱਥੋਂ ਚੋਣ ਜਿੱਤੀ ਸੀਗੀ ਅਤੇ ਫਿਰੋਜ਼ਪੁਰ ਦੇ ਵਿੱਚ ਸ਼ੇਰ ਸਿੰਘ ਗੁਬਾਇਆ ਜੋ ਕਾਂਗਰਸ ਵੱਲੋਂ ਚੋਣ ਲੜ ਰਹੇ ਸੀਗੇ ਉਹਨਾਂ ਨੂੰ
2,66,626 ਵੋਟਾਂ ਮਿਲੀਆਂ। ਉਹਨਾਂ ਦੇ ਮੁਕਾਬਲੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਗੁਰਮੀਤ ਸਿੰਘ ਸੋਢੀ ਖੜ੍ਹੇ ਸੀਗੇ, ਉਹਨਾਂ ਨੂੰ 2,55,097 ਵੋਟਾਂ ਮਿਲੀਆਂ। ਅਤੇ ਇਸ ਤੋਂ ਬਾਅਦ ਨਰਦੇਵ ਸਿੰਘ ਮਾਨ, ਬੌਬੀ ਮਾਨ, ਉਹ ਜਿਹੜੇ ਅਕਾਲੀ ਦਲ ਵੱਲੋਂ ਚੋਣ ਲੜ ਰਹੇ ਸੀਗੇ, ਤਾਂ ਉਹਨਾਂ ਨੂੰ 2,53,645 ਵੋਟਾਂ ਮਿਲੀਆਂ। ਅਤੇ ਇਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਸੋਢੀ ਅਤੇ ਮਾਨ, ਉਹਨਾਂ ਦੀਆਂ ਜੇਕਰ ਵੋਟਾਂ ਨੂੰ ਆਪਾਂ ਇਕੱਠੀਆਂ ਕਰ ਲੈਂਦੇ ਹਾਂ ਤਾਂ ਪਤਾ ਲੱਗਦਾ ਹੈ 5,08,742 ਵੋਟਾਂ ਇਹ ਕੁੱਲ ਬਣਦੀਆਂ ਨੇ। ਅਤੇ ਸ਼ੇਰ ਸਿੰਘ ਬਾਇਆ ਦੇ ਮੁਕਾਬਲੇ ਦੇ ਵਿੱਚ ਇਹ 2,42,116 ਵੋਟਾਂ ਮਿਲਦੀਆਂ ਬਣਦੀਆਂ ਨੇ। ਅਤੇ ਜੇਕਰ ਇੱਥੇ ਅਕਾਲੀ ਭਾਜਪਾ ਇੱਕਜੁੱਟ ਹੋ ਕੇ ਚੋਣ ਲੜਦੇ ਤਾਂ ਨਿਸ਼ਚਿਤ ਹੀ ਜਿੱਤ ਇਸ ਗੱਠਜੋੜ ਦੀ ਹੋਣੀ ਸੀ। ਉਸ ਤੋਂ ਬਾਅਦ ਪਟਿਆਲਾ ਦੀ ਗੱਲ ਕਰਦੇ ਹਾਂ। ਪਟਿਆਲਾ ਦੇ ਵਿੱਚ ਧਰਮਵੀਰ ਗਾਂਧੀ ਕਾਂਗਰਸ ਵੱਲੋਂ ਚੋਣ ਲੜ ਰਹੇ ਸੀਗੇ, ਉਹਨਾਂ ਨੂੰ 3,05,616 ਵੋਟਾਂ ਮਿਲੀਆਂ। ਉਹਨਾਂ ਦੇ ਮੁਕਾਬਲੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਪ੍ਰਨੀਤ ਕੌਰ ਨੂੰ 2,88,998 ਵੋਟਾਂ ਮਿਲੀਆਂ। ਐਨ ਕੇ ਸ਼ਰਮਾ ਜਿਹੜੇ ਅਕਾਲੀ ਦਲ ਵੱਲੋਂ ਚੋਣ ਲੜ ਰਹੇ ਸੀਗੇ, ਉਹਨਾਂ ਨੂੰ 1,53,978 ਵੋਟਾਂ ਮਿਲੀਆਂ। ਤਾਂ ਇਹਨਾਂ ਦੋਨਾਂ ਦਾ ਜੇ ਆਪਾਂ ਕੁੱਲ ਮਿਲਾ ਲੈਂਦੇ ਹਾਂ ਇਹਨਾਂ ਦੋਨਾਂ ਵੋਟਾਂ ਦਾ, ਉਹ ਬਣਦਾ 4,42,360 ਅਤੇ ਫਰਕ ਰਹਿ ਜਾਂਦਾ ਕਾਂਗਰਸੀ ਉਮੀਦਵਾਰ ਨਾਲੋਂ 1,37,360 ਦਾ। ਤੋ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਇਹ ਜੋ ਹਾਲਾਤ ਬਣੇ ਨੇ, ਹੁਣ ਅਕਾਲੀ ਅਤੇ ਭਾਰਤੀ ਜਨਤਾ ਪਾਰਟੀ ਫਿਰ ਦੁਬਾਰਾ ਮੰਥਨ ਕਰਦੇ ਹੋਣਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹ ਗੱਠਜੋੜ ਦੁਬਾਰਾ ਕੀਤਾ ਜਾ ਸਕਦਾ ਹੈ ਜਾਂ ਨਹੀਂ ਕੀਤਾ ਜਾ ਸਕਦਾ। ਉਂਝ ਚੋਣਾਂ ਤੋਂ ਪਹਿਲਾਂ ਸੁਨੀਲ ਜਾਖੜ ਨੇ ਇਹ ਗੱਲ ਕਹੀ ਸੀ ਕਿ ਜੇਕਰ ਅਕਾਲੀ ਭਾਜਪਾ ਗੱਠਜੋੜ ਰਲ ਕੇ ਚੋਣ ਲੜਨ, ਜੇ ਇਹ ਗੱਠਜੋੜ ਹੋ ਜਾਂਦਾ ਤਾਂ ਅਸੀਂ 10 ਸੀਟਾਂ ਜਿੱਤਾਂਗੇ। 10 ਨਹੀਂ ਤਾਂ ਘੱਟੋ ਘੱਟ ਹੁਣ ਜਿਸ ਤਰੀਕੇ ਦੇ ਨਾਲ ਆਪਾਂ ਗੱਠਜੋੜ ਲਗਾਇਆ ਹੈ, ਉਸ ਤੋਂ ਇਹੀ ਪਤਾ ਲੱਗਦਾ ਕਿ ਇਹ 6 ਸੀਟਾਂ ਤਾਂ ਪੱਕੀਆਂ ਜਿੱਤੀਆਂ ਜਾ ਸਕਦੀਆਂ ਨੇ। ਪਰ ਉਦੋਂ ਹਾਲਾਤ ਕੁਛ ਹੋਰ ਹੋਣੇ ਸੀਗੇ, ਹੁਣ ਦੇ ਹਾਲਾਤ ਕੁਛ ਹੋਰ ਨੇ। ਪਰ ਫਿਰ ਵੀ ਇਹ ਹੈ ਕਿ ਇੱਕ ਵਾਰ ਫਿਰ ਇਹ ਜਿਹੜਾ ਹੈਗਾ ਦੋਨਾਂ ਪਾਰਟੀਆਂ ਵੱਲ ਲਈ ਮੰਥਨ ਦਾ ਸਮਾਂ ਆ ਗਿਆ ਕਿ ਕੀ ਅੱਗੇ ਤੋਂ ਗੱਠਜੋੜ ਰਾਹੀਂ ਲੜਨਾ ਹੈ ਕਿ ਨਹੀਂ ਲੜਨਾ ਹੈਗਾ। ਪਰ ਅਕਾਲੀ ਦਲ ਨੇ ਜੋ ਹੁਣ ਸਟੈਂਡ ਲਿਆ, ਉਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਆਪਾਂ ਕਹਿ ਸਕਦੇ ਕਦਮ ਹੈ, ਕਿਉਂਕਿ ਅਕਾਲੀ ਦਲ ਤੋਂ ਹਮੇਸ਼ਾ ਹੀ ਤਵੱਜੋ ਕੀਤੀ ਜਾਂਦੀ ਰਹੀ ਹੈ ਕਿ ਉਹ ਪੰਜਾਬ ਦੇ ਮਸਲੇ ਉਠਾਏ, ਸਿੱਖਾਂ ਦੇ ਮਸਲੇ ਉਠਾਏ, ਕਿਉਂਕਿ ਅਕਾਲੀ ਦਲ ਬਣਿਆ ਹੀ ਸਿੱਖਾਂ ਦੇ ਅਧਿਕਾਰਾਂ ਵਾਸਤੇ ਹੈ। ਅਤੇ ਪਰ ਇਹ ਹੈ, ਇਸ ਦੇ ਨਾਲ ਨਾਲ ਉਹਨਾਂ ਵਾਸਤੇ ਦੂਜੀਆਂ ਧਾਰਨਾ ਵੀ ਹੈਗੀਆਂ ਨੇ, ਜਿਨ੍ਹਾਂ ਵਿੱਚੋਂ ਤੇਲਗੂ ਦੇਸ਼ਮ ਪਾਰਟੀ ਹੈ। ਤੇਲਗੂ ਦੇਸ਼ਮ ਪਾਰਟੀ ਦੇ ਚੰਦਰਬਾਬੂ ਨਾਇਡੂ ਪਿਛਲੇ 10 ਸਾਲਾਂ ਦੇ ਵਿੱਚ ਕੋਈ ਵਧੀਆ ਕਾਰਗੁਜ਼ਾਰੀ ਨਹੀਂ ਦਿਖਾ ਸਕੇ ਸੀਗੇ, ਪਰ ਉਹ ਹੁਣ ਦੀਆਂ ਚੋਣਾਂ ਦੇ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਈ ਹੈ ਅਤੇ ਉਹਨਾਂ ਦੇ ਤਕਰੀਬਨ 14 ਮੈਂਬਰ ਪਾਰਲੀਮੈਂਟ ਕੇਂਦਰ ਦੇ ਵਿੱਚ ਪਹੁੰਚ ਚੁੱਕੇ ਨੇ ਅਤੇ ਉਹ ਵਧੀਆ ਕਾਰ ਮਤਲਬ ਇਸ ਸਮੇਂ ਬਾਰਗੇਨਿੰਗ ਦੇ ਵਿੱਚ ਨੇ ਅਤੇ
ਉਹ ਵੱਡੇ ਮੰਤਰਾਲੇ ਮੰਗ ਰਹੇ ਨੇ। ਇਸੇ ਤਰੀਕੇ ਦੇ ਨਾਲ ਅਖਿਲੇਸ਼ ਯਾਦਵ, ਭਾਵੇਂ ਕਿ ਉਹ ਇੰਡੀਆ ਗਠਜੋੜ ਦਾ ਹਿੱਸਾ ਨੇ, ਅਤੇ ਪਰ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਯੂਪੀ ਦੇ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਈ ਹੈ ਅਤੇ ਤਕਰੀਬਨ 36 MP ਉਹਨਾਂ ਦੇ ਨੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਯੂਪੀ ਦੇ ਵਿੱਚ ਉਹ ਸੱਤਾ ਦੇ ਵਿੱਚ ਵੀ ਆ ਸਕਦੇ ਨੇ। ਇਸ ਲਈ ਸੁਖਬੀਰ ਸਿੰਘ ਬਾਦਲ ਲਈ ਵੀ ਇਹ ਆਪਣੇ ਆਪ ਦੇ ਵਿੱਚ ਇੱਕ ਪ੍ਰੇਰਣਾ ਦੀ ਗੱਲ ਹੈ ਕਿ ਜੇਕਰ ਉਹ ਇਹਨਾਂ ਲੀਡਰਾਂ ਦੇ ਵਾਂਗੂ ਮਿਹਨਤ ਕਰਦੇ ਨੇ। ਇਹ ਠੀਕ ਹੈ, ਬਹੁਤ ਸਾਰੀਆਂ ਅਕਾਲੀ ਦਲ ਨੇ ਗਲਤੀਆਂ ਕੀਤੀਆਂ ਨੇ, ਉਹਨਾਂ ਗਲਤੀਆਂ ਦੇ ਕਾਰਨ ਹੀ ਅਕਾਲੀ ਦਲ ਨੂੰ ਹਾਲੇ ਤੱਕ ਸਫਲਤਾ ਨਹੀਂ ਮਿਲ ਰਹੀ ਜੀ। ਉਹ ਗਲਤੀਆਂ ਕਿਸ ਤਰੀਕੇ ਦੇ ਨਾਲ ਮਾਫ਼ ਕਰਾਉਣੀਆਂ ਨੇ ਜਾਂ ਅਕਾਲੀ ਦਲ ਨੂੰ ਕਿਵੇਂ ਸਰਵਾਈਵ ਕਰਨਾ, ਜਿਸ ਤਰੀਕੇ ਨਾਲ ਅਕਾਲੀ ਦਲ ਇੱਕ ਖੇਤਰੀ ਪਾਰਟੀ ਆ, ਹਰ ਕੋਈ ਚਾਹੁੰਦਾ ਕਿ ਅਕਾਲੀ ਦਲ ਨੂੰ ਵੱਧ ਤੋਂ ਵੱਧ ਸਫਲਤਾ ਮਿਲਣੀ ਚਾਹੀਦੀ ਹੈ, ਪਰ ਉਹ ਸਫਲਤਾ ਨਹੀਂ ਮਿਲ ਰਹੀ ਹੈਗੀ। ਬਾਕੀ ਦੇਖਦੇ ਹਾਂ, ਸਮਾਂ ਹਾਲੇ ਬਹੁਤ ਦੂਰ ਹੈ, 2027 ਦੀ ਚੋਣਾਂ ਬਹੁਤ ਦੂਰ ਨੇ, ਪਰ ਉਸ ਤੋਂ ਪਹਿਲਾਂ ਹੁਣ ਕੁਛ ਇਲਾਕਿਆਂ ਦੇ ਵਿੱਚ ਜ਼ਿਮਨੀ ਚੋਣਾਂ ਹੋਣੀਆਂ ਨੇ। ਇਹਨਾਂ ਜ਼ਿਮਨੀ ਚੋਣਾਂ ਦੇ ਵਿੱਚ ਹੁਣ ਅਕਾਲੀ ਭਾਜਪਾ ਗਠਜੋੜ ਇੱਕਜੁੱਟ ਹੋ ਕੇ ਲੜਦਾ ਹੈ ਕਿ ਨਹੀਂ ਲੜਦਾ, ਇਹ ਆਪਣੇ ਆਪ ਦੇ ਪ੍ਰਸ਼ਨ ਚਿੰਨ੍ਹ ਹੈ। ਬਾਕੀ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕੀ ਹੁੰਦਾ, ਪਰ ਇਹ ਗੱਲ ਇਹ ਹੈ ਕਿ ਸਿੱਧ ਹੋ ਰਹੀ ਹੈ ਕਿ ਜੇਕਰ ਅਕਾਲੀ ਭਾਜਪਾ ਗਠਜੋੜ ਚੋਣ ਰਲ ਕੇ ਚੋਣ ਲੜਦਾ ਤਾਂ ਨਾ ਤਾਂ ਕਾਂਗਰਸ ਦੀ ਸਥਿਤੀ ਇਹੋ ਜਿਹੀ ਹੋਣੀ ਸੀਗੀ, ਨਾ ਹੀ ਆਮ ਆਦਮੀ ਪਾਰਟੀ ਦੀ ਸਥਿਤੀ ਹੋਣੀ ਸੀਗੀ, ਅਤੇ ਇਹ ਸਭ ਕੁਛ ਚਲੋ ਖੈਰ ਹੁਣ ਹਾਲਾਤ ਕੁਛ ਇਸ ਤਰ੍ਹਾਂ ਦੇ ਨੇ ਕਿ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਇਹ ਹੈ ਕਿ ਇਹ ਗਠਜੋੜ ਹੋਵੇਗਾ, ਤਾਂ ਹੀ ਇਹ ਦੋਵੇਂ ਪਾਰਟੀਆਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਮੁਕਾਬਲਾ ਕਰ ਸਕਣਗੀਆਂ। ਸੋ ਦਰਸ਼ਕੋ, ਤੁਸੀਂ ਇਹ ਰਿਪੋਰਟ ਦੇਖੀ ਹੈ ਜਿੱਥੋਂ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਅਕਾਲੀ ਭਾਜਪਾ ਗਠਜੋੜ ਨਾ ਹੋਣ ਕਾਰਨ ਇਹਨਾਂ ਦੋਨਾਂ ਪਾਰਟੀਆਂ ਨੂੰ ਕਿੰਨਾ ਵੱਡਾ ਘਾਟਾ ਪਿਆ। ਜੇਕਰ ਇਹ ਪਾਰਟੀਆਂ ਇਕੱਠੀਆਂ ਹੋ ਕੇ ਚੱਲਦੀਆਂ ਤਾਂ ਇਹ ਜਿਹੜੇ ਪੰਜਾਬ ਦੇ ਸਿਆਸੀ ਹਾਲਾਤ ਕੁਛ ਹੋਰ ਹੋਣੇ ਸੀਗੇ। ਬਾਕੀ ਇਹ ਅੱਜ ਦੀ ਰਿਪੋਰਟ ਹੈ, ਕੱਲ੍ਹ ਨੂੰ ਕਿਸੇ ਹੋਰ ਰਿਪੋਰਟ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਆਗਿਆ, ਸਤਿ ਸ਼੍ਰੀ ਅਕਾਲ।